ਨੀ ਇਹ ਪਾਣੀ ਇੰਨਾ ਕਿੱਥੋਂ ਆ ਗਿਆ ਨਹੀਂ ਕੱਲ ਮੀਂਹ ਨਹੀਂ ਪਿਆ ਹਾਂ ਜਦੋਂ ਮੀਂਹ ਪੈਂਦਾ ਵਾ ਨਾ ਇੱਥੇ ਆ ਕੇ ਪਾਣੀ ਖੜਾ ਹੋ ਜਾਂਦਾ ਵਾ ਅਛਾ ਤੇ ਇਹਨੂੰ ਏਦਾਂ ਕਰੋ ਇੱਥੇ ਮਾਸਾ ਮਸਾਲਾ ਪਾ ਕੇ ਤੇ ਇਹਨੂੰ ਉੱਚਾ ਕਰ ਛਡੋ ਹਾਂ ਨਹੀਂ ਭੈਣਾ ਮੈਂ ਵਿੱਕੀ ਨੂੰ ਰੋਜ਼ ਕਹਿੰਨੀ ਆ ਪਰ ਵਿੱਕੀ ਗੱਲ ਵੱਲ ਧਿਆਨ ਹੀ ਨਹੀਂ ਦਿੰਦੇ ਦੱਸਾ ਮੈਨੂੰ ਕੀ ਕਹ ਰਹੇਂਦੇ ਆ ਕੋਈ ਨਹੀਂ ਪੈਸੇ ਮਿਲ ਲੈਂਦੇ ਕਿਦੋਂ ਤੇ ਕੋਈ ਨਹੀਂ ਮੈਂ ਇਹਨੂੰ ਕਰਵਾ ਦਿੰਨਾ ਵਾ ਸਹੀ ਨਹੀਂ ਲੈ ਫੜ ਫਿਰ ਪੈਸੇ ਤੇ ਪਾਓ ਫਰਸ਼ ਇੱਥੇ ਲੈ ਗੇਨ ਲਾ ਤੇ 2000 ਰੁਪਈਆ ਵਾ ਤੇ 50 ਰੁਪਈਏ ਦੇ حساب ਨਾਲ 2000 ਹੀ ਬੰਦਾ ਵਾ ਨੀ ਕਿਹੜੀ ਦੁਨੀਆ ਦੇ ਵਿੱਚ ਰਹਿਨੀ ਆ ਬਾਹਰ ਜਾ ਕੇ ਵੇਖ ਕਿੰਨਾ ਲੋਕੀ ਦਰਦ ਮਹਿੰਗਾ ਲਾਉਂਦੇ ਆ ਮੈਂ ਤੇ ਫੇਟ ਨੂੰ 60 ਰੁਪਈਏ ਦੇ حساب ਨਾਲ ਲਾਏ ਆ 2500 ਰੁਪਈਆ ਬੰਦਾ ਆ ਨੀ 2500 ਕਿਹੜੇ حساب ਨਾਲ ਬੰਦਾ 10 50 ਰੁਪਈਏ ਦੋਦੇ ਆ ਤੂੰ 60 ਲਈ ਜਾਣੀ ਹੱਦ ਹੋਈ ਏ ਤੇਰੇ ਵਾਲੀ ਤੈਨੂੰ ਵੀ ਪਤਾ ਵਾ ਕਿ ਡੰਗਰਾਂ ਨੂੰ ਫੀਡ ਫੂਡ ਵੀ ਪੈਂਦੀ ਆ ਵੰਡ ਪਾਈ ਰੱਖ ਖੇਚਲ ਕਿੰਨੀ ਆ 60 ਰੁਪਈਏ ਦੇ حساب ਨਾਲ ਕੁਝ ਵੀ ਨਹੀਂ ਹੈਗਾ ਵੀ ਨੀ ਹੁਣ ਤੂੰ ਆਪਣੀ ਸਹੇਲੀ ਨੂੰ ਵੀ 60 ਰੁਪਏ ਦੇ ਦੁੱਧ ਲਵਾਉਣੀਓ 니 ਸਹੇਲੀ ਜੀ ਲੱਗਦੀ ਏ ਮੈਂ ਤੇ ਆਪਣੀ ਜੇਠਾਣੀ ਨੂੰ ਵੀ 60 ਰੁਪਏ ਦੇ ਹਿਸਾਬ ਨਾਲ ਦੁੱਧ ਦਿੰਦੀ ਰਹੀ ਆ ਜਾਰੀ ਦੋਸਤੀ ਆਪਣੀ ਥਾਈ ਤੇ ਪੈਸਾ ਤੇਲਾ ਆਪਣੀ ਥਾਈ ਹੁੰਦਾ ਵਾ ਤੇ ਮੈਂ ਤੈਨੂੰ ਪਿਛਲੇ ਮਹੀਨੇ ਵੀ ਇਸੇ ਹਿਸਾਬ ਨਾਲ ਦਿੱਤੇ ਹੀ ਪੈਸੇ ਉਦੋਂ ਤੇ ਤੂੰ ਕੁਛ ਬੋਲੀ ਨਾ ਉਦੋਂ ਤੇ ਮੈਂ ਤਾਂ ਨਹੀਂ ਕੋਈ ਗੱਲ ਕੀਤੀ ਕਿ ਚੱਲ ਕੋਈ ਗੱਲ ਨਹੀਂ ਅਗਲੀ ਵਾਰੀ ਇਹ ਪੈਸੇ ਦੇ ਦਊਗੀ ਹੁਣ ਮੈਨੂੰ ਥੋੜਾ ਜਿਹਾ ਪਤਾ ਸੀ ਕਿ ਤੂੰ ਐਰਕੀ ਵੀ ਪੈਸੇ ਨਹੀਂ ਦੇਣੇ ਪਰ ਪ੍ਰੀਤ ਤੈਨੂੰ ਮੈਂ ਗੱਲ ਦੱਸਾਂ ਤੂੰ ਇਹ ਗੱਲ ਮੈਂ ਨਾ ਪਹਿਲਾਂ ਹੀ ਖੋਲ ਦਿੰਦੀ ਹ ਨੇ ਭੈਣੇ ਮੇਰੀਏ ਬਾਹਰ ਵੇਖ ਪੁੱਛ ਕੇ ਰੇਟ ਕਿੰਨਾ ਅਸੀਂ 80 ਰੁਪਏ ਦੇ ਹਿਸਾਬ ਨਾਲ ਦੁੱਧ ਲੈਣਦੇ ਆ ਲੋਕੀ ਇੱਕ ਹਸਾਬ ਨਾਲ ਮੈਂ ਤੇ ਤੁਹਾਨੂੰ ਫ੍ਰੀ ਚ ਦੁੱਧ ਦੇਣ ਦੀ ਆ ਨਾਲੇ ਦੁੱਧ ਦੇ ਚੱਕਰਾਂ ਦੇ ਵਿੱਚ ਤੈਨੂੰ ਪਤਾ ਮੈਂ ਸਾਰੀਆਂ ਰਿਸ਼ਤੇਦਾਰੀਆਂ ਛੱਡੀਆਂ ਕਿਤੇ ਅੰਨੀ ਜਾਨੀ ਥੋੜਾ ਇਹਦਾ ਮਤਲਬ ਹੁਣ ਤੂੰ ਫਿਰ ਕੋਈ ਕਟ ਨਹੀਂ ਕਰਨਾ ਪਿਆ ਭੈਣਾ ਵਾਰਾ ਹੀ ਨਹੀਂ ਖਾਂਦਾ ਨਹੀਂ ਕੱਟੇ ਕੀਤਾ ਜਾਣਾ 1 ਰੁਪਿਆ ਨਹੀਂ ਕੱਟੇ ਕੀਤਾ ਜਾਣਾ ਤੂੰ 500 ਰੁਪਏ ਦੀ ਗੱਲ ਕਰਨ ਦੀ ਆ ਚੱਲ ਕੋਈ ਨਹੀਂ ਫਿਰ 500 ਰੁਪਏ ਰਹਿ ਗਿਆ ਨਾ ਕਿਸੇ ਵੇਲੇ ਮੈਂ ਤੈਨੂੰ ਨਾ ਆਉਂਦੀ ਜਾਂਦੀ ਫੜਾ ਦਊਂਗੀ ਕਿਸੇ ਵੇਲੇ ਨਹੀਂ ਹੁਣ ਦੇ ਹੀ ਗਈ ਵੇਖ ਲੈ ਤੈਨੂੰ ਪਤਾ ਰਕਮ ਇਕੱਠੀ ਹੋਈ ਤੇ ਚਲ ਕੋਈ ਗੱਲ ਨਹੀਂ ਇੱਥੇ ਫਰਸ਼ ਪਵਾ ਲੈਣੀ ਆ ਚਲ ਥੋੜੇ ਕ ਦਿਨ ਕੱਢ ਲਾ ਹੁਣ ਹੇ ਦਾਣਾ ਨਾ ਕਰਿਆ ਕਰ ਅੱਗੇ ਮਹੀਨੇ ਦੇ ਦੇ ਲਾਸਟ ਤੇ ਤੂੰ ਪੈਸੇ ਦੇਣ ਦੀ ਆ ਚਲ ਵੇਖਦੀ ਆ ਫਿਰ ਨਹੀਂ ਤੇ ਫੜਾਈ ਜਾਨੀ ਆ ਫੜਾ ਜੀ ਫੜਾ ਜੀ ਚਲ ਚੰਗਾ ਫਿਰ ਚੰਗਾ ਨਹੀਂ ਪੂਰਾ ਮੇਰੀ ਗੱਲ ਸੁਣੀ ਨਹੀਂ ਹਾਂ ਹੁਣ ਰਹਿ ਗਿਆ ਕੁਛ ਨਹੀਂ ਪਿਛਲੇ ਮਹੀਨੇ ਦਾ ਜਿਹੜਾ ਬਕਾਇਆ ਰਹਿੰਦਾ ਹੋਣਾ ਉਹ ਵੀ ਨਾਲ ਹੀ ਇੱਥੇ 500 ਦੇ ਦੇ ਜੀ ਲੈ ਪ੍ਰੀਤ ਹੁਣ ਤੇ ਤੂੰ ਨਾ ਹਾਦੀ ਕਰੀ ਜਾਣ ਲਈ ਆ ਤੇ ਉਹ ਤਾਂ ਛੱਡ ਦੇ ਹੁਣ ਨੇ ਮੇਰੀ ਗੱਲ ਸੁਣ ਮੇਰੇ ਘਰ ਵਾਲੇ ਨੇ ਤੇ ਮੈਂ ਸਾਰੇ ਪੈਸੇ ਦਾ ਹਸਾਬ ਦੇਣੀ ਆ ਜੇ ਇਹ ਪੈਸੇ ਘੱਟ ਦੱਸੇ ਨਾ ਤੇ ਅਗਲੇ ਨੇ ਦੱਸਾ ਕੀ ਕਹਿਣਾ ਹਰੇ ਓਲੇ ਛੱਪੇ ਪੈਸੇ ਰੱਖਦੀ ਹੋਣੀ ਆ ਤੇ ਮੇਰੇ ਤੇ ਵਾਧੂ ਦਾ ਸ਼ੱਕ ਪੈਣਾ ਉਹਨੇ ਤੇ ਮੈਨੂੰ ਘਰੋਂ ਬਾਹਰ ਕੱਢ ਦੇਣਾ ਵਾ ਨਹੀਂ ਚੱਲ ਚੰਗਾ ਚੰਗਾ ਦੇ ਜਾਂਗੀ ਉਹ ਵੀ ਆ ਵੇਖਾਂ ਕਿੱਦਾਂ ਮੈਨੂੰ ਮਿੱਠੀਆਂ ਗੋਲੀਆਂ ਦੇਣ ਦੀ ਸੀ ਕਿ ਮੈਨੂੰ ਪੈਸੇ ਘੱਟ ਕਰ ਦੇ ਪਰ ਤੈਨੂੰ ਪੈਸੇ ਘੱਟ ਕਰਨ ਨਾਲ ਮੈਨੂੰ ਕੀ ਫਾਇਦਾ ਹੋਣਾ ਦੋ ਮੇਰੇ ਨਾਲ ਗੱਲਾਂ ਕਰ ਜਾਂਦੀ ਐ ਤੇ ਇਸੇ ਚੱਕਰ 'ਚ ਮੈਂ ਆਪਣਾ ਕੁੰਡਾ ਕਰਵਾ ਲਾਂ ਚਲਾ ਕੇ ਤੇ ਤੂੰ ਵੀ ਬੜੀ ਐ ਲੋਕਾਂ ਨੂੰ ਚਾਰਦੀ ਹੋਏਗੀ ਮੈਨੂੰ ਨਹੀਂ ਤੂੰ ਚਾਰ ਸਕਦੀ ਦੇਖਾਂ ਆਪਣੀ ਵਰੀ ਕਿੰਨੀ ਚਲਾਕ ਬਣਦੀ ਆ ਐਹ ਜਿਵੇਂ ਦਿੱਦੇ ਪੈਸੇ ਨਹੀਂ ਕੱਟ ਕਰਨੇ ਮੇਰੇ ਘਰ ਵਾਲੇ ਨੇ ਮੈਨੂੰ ਘਰੋਂ ਕੱਢ ਦੇਣਾ ਵਾ ਉਹੋ ਜੀ ਮੈਂ ਜੜੀ ਇਹਦੇ ਮਗਰ ਲੱਗੀ ਆ ਬਹੁਤੀ ਕੋਰੀ ਆ ਆਪਣੀ ਵਰੀ ਇੱਕ ਇੱਕ ਰੁਪਏ ਤੇ ਮਰਦੀ ਫਿਰਦੀ ਆ ਮੈਂ ਤੇ ਐਵੇਂ ਇਹਦੇ ਮਗਰ ਸ਼ਦਾਨ ਬਣੀ ਆ ਇਦੀ ਸੱਸ ਕੋ ਵੀ ਇੰਨੀ ਆਪਣੀ ਬੇਇੱਜ਼ਤੀ ਕਰਾਈ ਨਾਲੇ ਮੈਨੂੰ ਕੀ ਫਾਇਦਾ ਹੋਇਆ ਨਹੀਂ ਆ ਗੱਲਾਂ ਕਰਾਉਂਦਾ ਇਹਨੂੰ ਤੇ ਕੋਈ ਲੱਥੀ ਚੜੀ ਹੈ ਹੀ ਨਹੀਂ ਆ ਇੱਕ ਪਾਸੇ ਮੈਨੂੰ ਕਹੀ ਜਾਂਦੀ ਆ ਮੇਰਾ ਸਾਥ ਦੇ ਹੈ ਨਾ ਇੱਝਠਾਣੀ ਨੂੰ ਜੀ ਗਾਲਾਂ ਪਾਉਣੀਆਂ ਇਹਦੇ ਕਰਕੇ ਮੈਂ ਵੀ ਗਾਲਾਂ ਸੁਣਾ ਤੇ ਉਹਨੂੰ ਵੀ ਵਿਚਾਰੀ ਗਰੀਬਣੀ ਨੂੰ ਗਾਲਾਂ ਪਾਵਾਂ ਤੇ ਮੈਨੂੰ ਕੀ ਫਾਇਦਾ ਹੋਣਾ ਮੇਰਾ 1 ਰੁਪਈਏ ਦਾ ਕਿਤੇ ਲਿਆਜ ਨਹੀਂ ਇਹਨੇ ਕੀਤਾ ਜੇ ਇਹਨੂੰ ਕਿਹਾ ਮਾਸਾ ਘੱਟ ਕਰ ਲਾ ਦੁੱਧ ਦੇ ਪੈਸੇ ਕਿਦਾਂ ਉਤੋਂ ਮਾਰੀ ਹੋਈ ਇਹ ਜਿੰਨਾ ਮੈਂ ਕਿਉਂ ਕਰਾਂ ਮੇਰੇ ਘਰ ਵਾਲੇ ਨੇ ਆ ਕਰ ਦੇਣਾ ਤੇ ਉਹ ਕਰ ਦੇਣਾ ਨਾਲੇ ਤੇ ਉਹਨਾਂ ਦੀ ਨਹੀਂ ਬਣੀ ਜਿਨ੍ਹਾਂ ਨੇ ਇਹਦਾ ਇੰਨਾ ਸਾਥ ਦਿੱਤਾ ਤੇ ਮੇਰੀ ਇਹਨੇ ਕਿੱਥੋਂ ਬਣ ਜਾਣਾ ਵਾ ਮੈਂ ਐਵੇਂ ਸਮਝਦੀ ਰਹੀ ਬਿ ਬਥੇਰਾ ਮੇਰ ਨਾਲ ਕਰਦੀ ਐ ਇਹਨੂੰ ਨਹੀਂ ਹੈਗਾ ਮਾਸਾ ਵੀ ਬੰਦੇ ਦੀ ਸਾਰ ਕੀਤੇ ਇਹਨੂੰ ਤੇ ਮੇਰਾ ਚੇਤਾ ਉਦੋਂ ਆਉਂਦਾ ਵਾ ਜਦੋਂ ਕਿਸ ਦੀ ਚੁਗਲੀ ਕਰਨੀ ਹੋਵੇ ਪਿੰਡ ਦੀ ਕਿਸ ਦੀ ਸੂਹ ਲੈਣੀ ਹੋਵੇ ਪਰ ਕੋਈ ਨਹੀਂ ਜੜੀਆਂ ਚਾਲਾਂ ਤੂੰ ਆਪਣੀ ਜਠਾਣੀ ਨਾਲ ਖੇਡਣ ਨੂੰ ਫਿਰਦੀ ਹਣਾ ਉਹ ਚਾਲਾਂ ਹੁਣ ਮੈਂ ਤੇਰੇ ਤੇ ਹੀ ਪੁੱਠੀਆਂ ਪਾਉਂਗੀ ਤਾਂ ਤੈਨੂੰ ਵੀ ਕਿਦਾਂ ਪਤਾ ਲੱਗੂਗਾ ਨਾਲੇ ਹੈ ਲੱਗੀ ਹੀ ਮੈਨੂੰ ਚਾਰਨ ਤੇਰੇ ਵਰਗੀਆਂ ਤਾਂ ਮੈਂ ਛੱਤੀ ਵੀੇਚ ਕੇ ਖਾ ਜੰਨੀ ਆ ਹਾਂ ਨੀ ਇਧਰ ਆ ਤੂੰ ਹੀ ਕਾਦੀ ਦੋਹਾਂ ਨੇ ਕੁੜਕੜ ਲਾਈ ਮੰਮੀ ਪੂਜਾ ਆਈ ਸੀ ਦੁੱਧ ਦੇ ਪੈਸੇ ਦੇਣ ਤੇ ਮੈਨੂੰ ਕਹਿੰਦੀ ਥੋੜੇ ਬੋਤੇ ਪੈਸੇ ਘੱਟ ਲਾ ਹਾਂ ਤੂੰ ਤੇ ਰੇਟ ਹੀ ਵੜਾ ਲਾ ਮੁੰਡੀਆਂ ਦੁੱਧ ਦਾ ਤੇ ਮੈਂ ਕਾੜੀ ਉਹਨੂੰ ਕਿਹਾ ਦੋਵੇਂ ਜੀ ਤੇ ਆਪਾਂ ਖਾਪ ਚੱਲੇ ਆਂ ਡੰਗਰਾਂ ਨਾਲ ਡੰਗਰ ਹੋਏ ਤੇ ਤੈਨੂੰ ਹੁਣ 10 ਰੁਪਏ ਮੈਂ ਕਿਹੜੀ ਗੱਲੋਂ ਘੱਟ ਲਾਵਾਂ ਵੀ ਆ ਤੂੰ ਬੜਾ ਵਧੀਆ ਕੀਤਾ ਰੇਟ ਇਹਨੂੰ ਘੱਟ ਲਾਉਣਾ ਵੀ ਕਿਉਂ ਆ ਕਾਰ ਵੜਾ ਦਾ ਤੇ ਸਰਕਾਰੀ ਨੌਕਰੀ ਕਰਨ ਧਿਆ ਇਹਨੂੰ ਕਿਸ ਗੱਲ ਦੀ ਕਮੀ ਆ ਇਹ ਤਾਂ ਉਦਾ ਹੀ ਮਰੂ ਮਰੂ ਕਰਦੀ ਰਹਿੰਦੀ ਆ ਹੋਈ ਜਾਣ ਕੇ ਹੀ ਆਹੇ ਮੈਨੂੰ ਇਹਨੂੰ ਲੱਗਾ ਕਿ ਸ਼ਰੀਰ ਇਹਨਾਂ ਮੈਂ 2-4 ਵਾਰੀ ਗੱਲਾਂ ਬਾਤਾਂ ਕਰ ਲੈਣੀ ਆ ਤੇ ਇਸੇ ਕਰਕੇ ਇਹ ਪੈਸੇ ਘਟ ਲਾਉਗੀ ਮੈਂ ਕਹਾ ਮੈਂ ਤਾਂ ਜਠਾਣੀ ਨੂੰ ਨਹੀਂ ਪੈਸੇ ਘਟ ਲਾਏ ਤੇ ਤੈਨੂੰ ਰੇਡ ਕੱਤੋਂ ਘੱਟ ਲੋਣਾ ਮੈਂ ਨਾਲੇ ਉਦਾ ਮੰਮੀ ਆ ਬੜਾ ਵਧੀਆ ਕੀਤਾ ਜੀ ਜਿਹੜੀਆਂ ਤੁਸੀਂ ਇਹਨੂੰ ਪਿੱਛੇ ਗੱਲਾਂ ਸੁਣਾਈਆਂ ਵਾਵਾ ਆਉਣਾ ਜਾਣਾ ਇਹਦਾ ਕੱਟ ਗਿਆ ਵਾ ਨਾਲੇ ਦੱਸਾ ਕੀ ਕਰਦੀ ਸੀ ਸਾਰੀ ਦਿਹਾੜੀ ਆ ਕੇ ਇੱਥੇ ਬੈਠੀ ਰਹਿੰਦੀ ਹੁੰਦੀ ਸੀ ਨਾ ਮੈਨੂੰ ਕੋਈ ਕੰਮ ਕਰਨ ਦਿੰਦੀ ਸੀ ਤੇ ਨਾ ਕੋਈ ਕਾਰ ਤੇ ਨਾ ਉਹ ਮੇਰੀ ਜਾਨ ਬੜੀ ਉਦਨ ਦੀ ਸੋਖੀ ਹੋਈ ਜੇ ਤਾਂ ਹੀ ਤੇਨ ਮੈਂ ਇੰਨੀਆਂ ਗੱਲਾਂ ਸੁਣਾਈਆਂ ਸੀ ਫਿਰ ਹੋ ਗਈ ਨਾ ਉਦੋਂ ਦੀ ਘਟ ਨਾਲੇ ਇਹਦਾ ਤੇ ਕੰਮ ਹੀ ਇਹੋ ਵਾ ਇਹਨੇ ਤਾਂ ਫਿਰਦੀ ਰਹਿਣਾ ਇਹਦਾ ਕਿਹੜਾ ਘਰ ਜੀ ਲੱਗਦਾ ਵਾ ਮੈਂ ਤੇ ਗਿਆ ਗੁਰਦੁਆਰਾ ਸਾਹਿਬ ਜਾਨੀ ਆ ਤੇ ਤਾਂ ਵੀ ਅੱਗੇ ਜੇ ਮੈਂ ਕਿਹਾ ਇੱਧਰੋਂ ਨਿਕਲਾਂ ਇਹ ਤਾਂ ਵੀ ਅੱਗੇ ਇਹ ਨਹੀਂ ਕਿ ਘਰ ਟੇਕਦੀ ਐਦਾਂ ਹੀ ਫਿਰਦੀ ਰਹਿੰਦੀ ਰਹਿੰਦੀ ਆ ਉਹ ਇਹ ਗੱਲ ਮੰਮੀ ਉਹ ਤਾਂ ਨਾ ਮੈਨੂੰ ਨਾ ਐਦਾਂ ਸ਼ੱਕ ਜਾ ਪੈਂਦਾ ਵਾ ਇੱਧਰ ਵੱਡੀ ਵੱਲ ਜ਼ਿਆਦਾ ਹੁੰਦੀ ਆ ਹੁਣ ਤੂੰ ਨਾ ਤੂੰ ਇਹਨੂੰ ਹੁਣ ਬੜਾ ਮੂੰਹ ਕੱਟ ਲਾਉਣੀ ਆ ਹੁਣ ਮੈਂ ਜਾਵਾਂਗੀ ਨਾ ਉਧਰ ਜੇ ਕਿਤੇ ਉਧਰ ਆ ਗਈ ਨਾ ਵੱਡੀ ਵਾਲ ਇਹਦੀ ਵੇਖੀ ਮੈਂ ਬੀਤੀ ਕਿਦਾਂ ਕਰਦੀ ਆ ਨਾ ਨਾ ਮੰਮੀ ਤੁਸੀਂ ਇਹਦੀ ਕਿਹੜੀ ਗੱਲਾਂ ਬੇਇੱਜ਼ਤੀ ਕਰਨੀਆਂ ਬੇਇੱਜ਼ਤੀ ਤੇ ਉਹਦੀ ਕਰਨੀ ਚਾਹੀਦੀ ਆ ਜਿਹਦੇ ਘਰ ਜਾਂਦੀ ਆ ਜਿਹੜੀ ਇਹਨੂੰ ਬਿਠਾ ਕੇ ਚਾਹਾਂ ਪਾਣੀ ਪੀ ਆਉਂਦੀ ਆ ਗੱਲਾਂ ਬਾਤਾਂ ਕਰਦੀ ਆ ਕੋਈ ਨਹੀਂ ਤੂੰ ਵੇਂਦੀ ਰਿਹਾ ਤੂੰ ਉਹਦੀ ਕਰਦੀ ਆ ਕੁੱਤੇ ਖਾਣੀ ਵੱਡੀ ਦੀ ਤੇ ਵੇਖੀ ਆ ਆਪੇ ਫੇਰ ਹਟਦੀ ਕਿ ਨਹੀਂ ਆਉਣਾ ਉਹ ਵੀ ਮੰਮੀ ਤੁਹਾਨੂੰ ਵੀ ਕੋਈ ਗੱਲ ਦੱਸ ਦਈਏ ਨਾ ਤੁਸੀਂ ਵੀ ਫੜ ਕੱਢਣ ਦੇ ਪਾਰ ਹੋ ਜਾਂਦੇ ਜੇ ਐਦਾਂ ਨਾ ਉਹਨੂੰ ਕੋਈ ਗੱਲ ਕਰਿਓ ਜੇ ਤੁਸੀਂ ਉਹਨੂੰ ਕੋਈ ਗੱਲ ਪੁੱਛੀ ਨਾ ਕਿ ਪੂਜਾ ਤੇਰੇ ਘਰ ਆਉਂਦੀ ਐ ਅਗਲੀ ਨੇ ਪੈਰਾਂ ਤੇ ਪਾਣੀ ਨਹੀਂ ਪੈਣ ਦੇਣਾ ਕੋਈ ਗੱਲ ਨਹੀਂ ਮੈਂ ਧਿਆਨ ਰੱਖਦੀ ਆ ਨਾ ਜਦੋਂ ਕਿਤੇ ਪੂਜਾ ਇਹਦੇ ਘਰ ਆਉਗੀ ਉਸੇ ਵੇਲੇ ਮੈਂ ਤੁਹਾਨੂੰ ਦੱਸ ਦਊਂਗੀ ਮੌਕੇ ਤੇ ਜਾ ਕੇ ਫਿਰ ਬੇਇਤੀ ਕਰਿਓ ਚੱਲ ਐਦਾਂ ਕਰੀ ਤੂੰ ਮੈਨੂੰ ਦੱਸ ਦੇਈਂ ਤੇ ਧਿਆਨ ਰੱਖੀਂ ਇਹਨਾਂ ਦਾ ਚੰਗਾ ਉਹ ਵੀ ਮੰਮੀ ਥਾਂ ਥਾਂ ਤੇ ਜਾ ਕੇ ਗੱਲਾਂ ਕਰਦੀ ਰਹਿੰਦੀ ਆ ਚੰਗੇ ਥੋੜੇ ਲੱਗੇ ਇੱਧਰ ਦੀ ਗੱਲ ਉਧਰ ਤੇ ਉਧਰ ਦੀ ਗੱਲ ਇੱਧਰ ਪੂਜਾ ਦਾ ਆ ਕੰਮ ਜੇ ਉਹ ਤਾਂ ਹੀ ਤੇ ਮੈਂ ਕਹਿੰਨੀ ਆ ਵੀ ਇਹਨੂੰ ਮੂੰਹ ਨਾ ਲਾਇਆ ਕਰੋ ਮੈਂ ਤਾਂ ਨਹੀਂ ਲਾਉਣੀ ਆ ਤੇ ਸਿਰਫ ਦੁੱਧ ਲੈਣ ਆਉਂਦੀ ਆ ਤੇ ਮੈਂ ਦੱਸਾਂਗੀ ਕਰਦੀ ਪਹਿਲਾਂ ਹੀ ਦੁੱਧ ਪਾ ਕੇ ਚੌਂਕੇ ਤੇ ਰੱਖ ਦਿੰਨੀ ਆ ਚੁੱਪ ਕਰਕੇ ਆ ਕੇ ਲੈ ਜਾਂਦੀ ਆ ਮੈਂ ਤੇ ਇਹਨੂੰ ਕਵਾਉਣੀ ਬੁਲਾਉਣੀ ਬੋਕਾ ਟੱਪ ਕੋਈ ਗੱਲ ਨਹੀਂ ਉਧਰ ਨੂੰ ਵੀ ਇਹਦੀ ਦੌੜ ਲੱਗ ਜਾਣੀ ਆ ਨਹੀਂ ਨਹੀਂ ਮੰਮੀ ਜੀ ਉਹ ਦੱਸਾਂ ਕੀ ਕਰਦੀ ਆ ਅੰਦਰਵਾੜ ਕੇ ਤੇ ਬੂਹਾ ਮਾਰ ਲੈਂਦੀ ਆ ਤੇ ਗੱਲਾਂ ਬਾਤਾਂ ਕਰਦੀ ਰਹਿੰਦੀ ਆ ਆ ਤੂੰ ਵੇਖ ਸਹੀ ਸਾਰਾ ਕੁਝ ਮੈਂ ਹਟਾ ਲੈਣਾ ਵਾ ਇਕਲ ਮੈਨੂੰ ਪਤਾ ਲੱਗੇ ਸਹੀ ਆਹੋ ਮੈਂ ਰੱਖ ਲਾਂ ਫਿਰ ਪੈਸੇ 500 ਰੁਪਿਆ ਜੇ ਕੱਟ ਦੇ ਕੇ ਗਈ ਆ ਕਹਿੰਦੀ ਕੋਈ ਨਹੀਂ ਦੇ ਜੰਨੀ ਆ ਪੱਕੀ ਕਰ ਦੇਣੀ ਵੀ ਦੇ ਜਾਵੀ ਨਹੀਂ ਨਹੀਂ ਮੈਂ ਕਿਹਾ ਮੈਂ ਕਹਾਂ ਦੇ ਦੇਣੀ ਤੇ ਵਿੱਕੀ ਨੇ ਤੇ ਦਿਵਾਲੇ ਹੋ ਜਣਾ ਮੇਰੇ ਚਲਾਕੋ ਬੜੀ ਹੋਏ ਹੋ ਨਾ ਹੋਵੇ ਮਾਰ ਹੀ ਜਾਵੇ ਤੇਰੇ ਪੈਸੇ ਆਹੋ ਇਥੇ ਇੱਦਾਂ ਮਾਰ ਲੂਗੀ ਕਿੱਡੀ ਸੱਚੀ ਬੰਡਈ ਆ ਭਲੇ ਖਾ ਦੇ ਮੈਨੂੰ ਤੇਰਾ ਵੀ ਨਹੀਂ ਸੀ ਚੁਗਲੀਆਂ ਤੇ ਤੂੰ ਵੀ ਉਹਦਾਂ ਬੜੀਆਂ ਕਰਦੀ ਆ ਹੋਣੀ ਹੱਟੀਆਂ ਤੂੰ ਵੀ ਤੈਨੂੰ ਕਿਉਂ ਆਇਆ ਬੜਾ ਹੋਰ ਤਰਦਾ ਹੋਇਆ ਆਇਆ ਹੋਣਾ ਕੀ ਆ ਅੱਜ ਫੇਰ ਉਹ ਡਿਆ ਹੱਡੀਆਂ ਪਿਆਲੀਆਂ ਵਿੱਚ ਮੱਟਾ ਸੰਗੜ ਮੈਨੂੰ ਤਾਂ ਜ਼ਹਿਰ ਬਖਾਈ ਦਿੰਦਾ ਜਦੋਂ ਉੱਥੇ ਉਹ ਕੰਮ ਕਰਦਾ ਆ ਤੇ ਜਦੋਂ ਹੁਣ ਉਹਨੇ ਪਿਆਲੀ ਦਿੱਤੀ ਤੇ ਦੱਸ ਅਗਲੇ ਨੇ ਕੰਮ ਤੇ ਕਰਨਾ ਹੀ ਆ ਤੂੰ ਐਵੇਂ ਜ਼ਹਿਰ ਚੜਾਈ ਜਾਣਾ ਆ ਜ਼ਹਿਰ ਚੜਦਾ ਹੀ ਆ ਵੇਖ ਕੇ ਵਿੱਕੀ ਹਾਥੂ ਤੇ ਧੋਲ ਮੇਰੇ ਰੋਟੀ ਲਾਓ ਮੈਨੂੰ ਪਾਣੀ ਨਹੀਂ ਨੰਗਣਾ ਤੈਨੂੰ ਰੋਟੀ ਦੀ ਪਈ ਆ ਹਾਏ ਹਾਏ ਹੁਣ ਕੀ ਗੱਲ ਹੋਈ ਆ ਸੁੱਕ ਤੇ ਹੈ ਹੁਣ ਆ ਕੀ ਆ ਉਹ ਹੀ ਪੈਲੀਆਂ ਚ ਡਿਆਗਲਾ ਕੰਮ ਕਰਨ ਵੇਖ ਕੇ ਜ਼ਹਿਰ ਚੜਦੀ ਉਹਨੂੰ ਮੈਨੂੰ ਮੇਰੀ ਗੱਲ ਸੁਣੋ ਹਾਂ ਹਿੱਤੇ ਜਲੂਆ ਵਾਲਾ ਹੁੰਦੇ ਰਹਿੰਦੇ ਜੇ ਤੁਸੀਂ ਵੀ ਜਾਹੋਂ ਜੀ ਤਾਦੀਰੀ ਕੋਲ ਤੇ ਉਹਨੂੰ ਜਾ ਕੇ ਸਾਰੀ ਗੱਲ ਬਾਤ ਦੱਸੋ ਅਗਲੀ ਨੂੰ ਵੀ ਪਤਾ ਹੋਵੇ ਕਿ ਹਾਂ ਮੇਰੇ ਵੱਡੇ ਭਰਾਣੇ ਆ ਕੰਮ ਕੀਤਾ ਵਾ ਉਹਨੇ ਬਹੁਤ ਸਾਡੇ ਵੱਲ ਦੀ ਗੱਲ ਕਰਨੀ ਆ ਨਾ ਜਿਹੜਾ ਮੈਂ ਉੱਥੇ ਜਾ ਕੇ ਉਹਨੂੰ ਦੱਸਾਂ ਤਾਈਓ ਤੇ ਮੈਂ ਕਹਿ ਦਿਆਂ ਜਾਓ ਅਗਲੀ ਇਹ ਤੇ ਨਾ ਨਾ ਆਖੂਗੀ ਕਿ ਹਾਂ ਵਿੱਕੀ ਨੇ ਤੇ ਮੇਨਾ ਕੋਈ ਗੱਲ ਹੀ ਨਹੀਂ ਕੀਤੀ ਹੈਗੀ ਉੰਜ ਵੀ ਤੇ ਉਹਨਾਂ ਦੀ ਜ਼ਿਆਦਾ ਸੁਣਦੀ ਆ ਐਦਾਂ ਕਰੋ ਤੁਸੀਂ ਦੋਵੇਂ ਮਾਪੋਤੇ ਜਾਓ ਤੇ ਉੱਥੇ ਜਾ ਕੇ ਦੀਦੀ ਨੂੰ ਦੱਸਾਂ ਕੀ ਕਿਓ ਤੇਰੇ ਵੱਡੇ ਭਰਾ ਨੇ ਸ਼ਰੀਕਾਂ ਨੂੰ ਪੈਲੀ ਦੇ ਕੇ ਹਿੱਕ ਤੇ ਬੂਟਾ ਲਾਤਾ ਨਹੀਂ ਮੈਂ ਕਿਉਂ ਜਾਣਾ ਆ ਤੁਸੀਂ ਦੋਵੇਂ ਜੀਆਂ ਨੇ ਜਾਣਾ ਜਾਓ ਨਹੀਂ ਜਾਣਾ ਤੇ ਨਾ ਜਾਓ ਮੈਂ ਉੱਥੇ ਚੰਗੀ ਲੱਗਨੀ ਆ ਕੁੜੀ ਦੇ ਘਰ ਤਮਾਸ਼ਾ ਲਾਉਂਦੀ ਕੁੜਮਾ ਦਾ ਪਿੰਡ ਵਾਓ ਨਹੀਂ ਤੇ ਮਾਹਲਾ ਨੂੰ ਕਿੰਨੇ ਕਿਹਾ ਵਾ ਜਾ ਕੇ ਗੱਲ ਹੀ ਕਰਨੀ ਆ ਉਹਨੂੰ ਵੀ ਪਤਾ ਤਾਂ ਲੱਗਿਆ ਸਾਡੇ ਨਾਲ ਕੀ ਕੀ ਹੁੰਦੀ ਆ ਆਪ ਦੋ ਦੋ ਆ ਕੇ ਬਥੇਰੀਆਂ ਗੱਲਾਂ ਮੈਨੂੰ ਸੁਣਾ ਕੇ ਚਲ ਗਈ ਸੀ ਉਹ ਮੈਨੂੰ ਨਹੀਂ ਤੁਹਾਡੀਆਂ ਗੱਲਾਂ ਦੀ ਸਮਝ ਲੱਗਦੀ ਤੇ ਨਾ ਤੁਹਾਡੀਆਂ ਗੱਲਾਂ ਮੁੱਕਣੀਆਂ ਹੀ ਆ ਤੁਹਾਨੂੰ ਕਿੱਥੋਂ ਸਮਝ ਲੱਗਣੀ ਸਾਡੀਆਂ ਗੱਲਾਂ ਦੀ ਨਹੀਂ ਮੰਮੀ ਮੇਰੀ ਗੱਲ ਸੁਣ ਹੁਣ ਨਾਲ ਜਾਣ ਤੇ ਵੀ ਕੀ ਹਰ ਜਾ ਜੇ ਤੁਸੀਂ ਚੱਲ ਜਿਓਗੇ ਤੇ ਨਹੀਂ ਚੰਗਾ ਭੈਣਾ ਚੱਲ ਜਾਨੀ ਆ ਐਦਾਂ ਕਰੋ ਤੁਸੀਂ ਦੋਵੇਂ ਮਾਪੇ ਤਾਂ ਤਿਆਰ ਹੋਵੋ ਤੇ ਜਾਓ ਹੁਣੇ ਜਾ ਕੇ ਗੱਲਬਾਤ ਕਰਕੇ ਆਓ ਦੇ ਨਾਲ ਤੂੰ ਵੀ ਨਾਲ ਚੱਲ ਮੇਰਾ ਉੱਥੇ ਕੀ ਕੰਮ ਆ ਮੈਂ ਕੀ ਕਰਨ ਜਾਣਾ ਆ ਕੋਈ ਗੱਲ ਨਹੀਂ ਨਹੀਂ ਕਰ ਮੈਂਗਾ ਤੇ ਨਾਲ ਚੱਲ ਤੂੰ ਹੀ ਰੋਟੀ ਲੈ ਆਵਾ ਪਹਿਲਾਂ ਰੋਟੀ ਦੇ ਖਾ ਲੋ ਜਾ ਲਿਆ ਦੇ ਰੋਟੀ ਵੀ ਕੀ ਲੱਗਣੀ ਐ ਇਦਾਂ ਤੁਹਾਡੇ ਖਰੀਦ ਨੂੰ ਜਿੰਨਾ ਚਿਰ ਉਹ ਪਹਿਲੀ ਬਉਂਦਾ ਰਿਹਾ ਨਾ ਉਹਨਾਂ ਚਿਰ ਇਹੋ ਕੋਈ ਹੋਣਾ ਇਸ ਘਰ ਦੇ ਵਿੱਚ ਕਵਲ ਕਵਲ ਹਾਂ ਕਿੱਥੇ ਜੇ ਕੀ ਕਰਦੇ ਆ ਕੁਛ ਨਹੀਂ ਆਹ ਸਟੋਰ 'ਚ ਮੇਰੀ ਗੱਲ ਸੁਣੋ ਅੱਜ ਕੋਈ ਨਾ ਕੋਈ ਧਮਾਕਾ ਹੋਣ ਵਾਲਾ ਜੇ ਕਿਉਂ ਕਾਹਦਾ ਧਮਾਕਾ ਟਿਕੜੀ ਚੜ ਕੇ ਚਲ ਗਈ ਹੈ ਕਿਹੜੀ ਟਿਕੜੀ ਆਹੋ ਹੀ ਆਪਣੀ ਮੰਮੀ ਤੇ ਉਹ ਦੋਵੇਂ ਜੀ ਆਹੋ ਤੇ ਕਿਹੇ ਕੰਮ ਗਏ ਹੋਣਗੇ ਹੂੰ ਜਦੋਂ ਕੰਮ ਜਾਂਦੇ ਆ ਨਾ ਦੋਵੇਂ ਜੀ ਜਾਂਦੇ ਆ ਮੰਮੀ ਨੂੰ ਤੇ ਕਦੀ ਵੀ ਨਹੀਂ ਨਾਲ ਲੈ ਕੇ ਜਾਂਦੇ ਤੇ ਅੱਜ ਮੰਮੀ ਨੇ ਵਿਚਕਾਏ ਬਿਠਾਇਆ ਵਾ ਤੇ ਬੜੇ ਫੌਜ ਜਾਣ ਦੇ ਹੀ ਮੈਨੂੰ ਤਾਂ ਲੱਗਦਾ ਕੋਈ ਨਾ ਕੋਈ ਗੱਲ ਜ਼ਰੂਰ ਇਹਨਾਂ ਨੇ ਕੱਢ ਕੇ ਮਾਰਨੀ ਆ ਉਹ ਜਾ ਐਵੇਂ ਆਪਣੇ ਮਨੋ ਨਾਲ ਅੰਦਾਜ਼ੇ ਲਾਉਂਦੀ ਰਿਹਾ ਕਰ ਮੈਂ ਹਾਂ ਤੁਸੀਂ ਵੀ ਇੱਥੇ ਤੇ ਮੈਂ ਵੀ ਇੱਥੇ ਵੇਖ ਲਿਓ ਹੋਰ ਘੜੀ ਕਿ ਤਾਈਂ ਪਟਾਕੇ ਪੈਣ ਹੀ ਆਲੇ ਆ ਤੁਹਾਨੂੰ ਪਤਾ ਨਹੀਂ ਆ ਕਿੰਨੇ ਆਫਰੇ ਫਿਰਦੇ ਆ ਸਾਡੇ ਤੇ ਇਹ ਚੁੱਪ ਕਰਕੇ ਬਹਿਣ ਵਾਲੇ ਆ ਕਿੰਨਾ ਤਮਾਸ਼ਾ ਲਾਉਂਦੇ ਆ ਜਦੋਂ ਵੀ ਕੋਈ ਗੱਲ ਹੁੰਦੀ ਆ ਤੇ ਆਹ ਕੀ ਟਾਲਾ ਮਾਸ਼ਾ ਲੱਗਾ ਹੀ ਨਹੀਂ ਆ ਮੂੰਹ ਰੁਪਤੀ ਬਸ ਇੱਥੇ ਮਾੜੀ-ਮੋਟੀ ਤੁਹਾਡੀ ਇੱਕ ਦੂਜੇ ਨਾਲ ਗੱਲ ਹੋਈ ਆ ਜਿਹੜੀ ਹੋਈ ਆ ਉਤੋਂ ਬਾਅਦ ਚ ਤੇ ਇਹਨਾਂ ਨੇ ਕੋਈ ਗੱਲ ਕੀਤੀ ਨਹੀਂ ਪਰ ਹੁਣੀ ਜ਼ਰੂਰ ਜੇ ਵੇਖੀ ਕਿੱਦਾਂ ਫੋਨ ਕਮਾਉਂਦੇ ਹੁੰਦੇ ਆ ਠੀਕ ਆ ਚਲ ਵੇਖੀ ਜਾਊਗੀ ਜਿੱਥੋਂ ਤੱਕ ਮੈਨੂੰ ਲੱਗਦਾ ਇਹ ਨਾ ਸੋਨੂ ਤੇ ਜੀਤਾਵਾਂ ਲੱਗੇ ਆ ਉਹ ਚੱਲ ਗਾਂ ਤੂੰ ਫਿਊਚਰ ਵੇਖ ਲੈਣੀ ਆ ਤੁਸੀਂ ਤੇ ਮੈਨੂੰ ਹਾਂ ਗੱਲ ਕਹਿ ਦਿੰਨੇ ਆ ਤੁਸੀਂ ਨਾ ਭੋਲੇ ਆ ਤੁਹਾਡਾ ਨਹੀਂ ਦਿਮਾਗ ਇਹਨਾਂ ਕੰਮਾਂ 'ਚ ਕੰਮ ਕਰਦਾ ਪਰ ਮੇਰਾ ਫਿਰ ਵੀ ਕਰ ਜਾਂਦਾ ਅਜੀ ਇਹਦਾ ਮਤਲਬ ਤੂੰ ਚਲਾਕ ਆ ਤੇ ਚਲਾਕ ਹੈਂ ਨੀ ਹੋਰ ਮੈਂ ਭੋਲੀ ਬਣ ਕੇ ਰਵਾਂ ਤੇ ਮੈਨੂੰ ਕੋਈ ਜੀਣ ਦਵੇ ਆਹੋ ਜੇ ਚਲਾਕ ਹੋਈਏ ਨਾ ਤੇ ਚਲਾਕਾ ਨਾ ਫੇਰੀ ਵਾਰਾ ਸੱਟਾ ਲਿਆ ਜਾਂਦਾ ਭੋਲਿਆਂ ਕੋ ਕਿੱਥੇ ਵਾਰਾ ਸੱਟਾ ਲਿਆ ਜਾਂਦਾ ਵਾ ਇਹ ਕਰਕੇ ਨਾ ਤੁਸੀਂ ਮੈਨੂੰ ਘਾਟੀ ਸਮਝਦੇ ਜੇ ਮੈਨੂੰ ਲੱਗਦਾ ਹਲੇ ਤੱਕ ਚਲ ਵੇਖੀ ਜਾਂਦੀ ਆ ਕੀ ਬਣਦਾ ਮੈਂ ਤੇ ਬੜੀ ਆਈ ਹਾਂ ਤੁਹਾਨੂੰ ਗੱਲ ਦੱਸਣ ਤੁਸੀਂ ਤੇ ਗਾੜੀ ਹੂੰ ਤੇ ਕੀ ਕਰਾਂ ਮੈਂ ਦੱਸਣਾ ਤੋ ਰਹੀਨ ਵੀ ਕਦੀ ਕਿਸ ਨੂੰ ਫੋਨ ਫਨ ਲਾ ਕੇ ਕੋਈ ਗੱਲਬਾਤ ਕਰ ਲਿਆ ਕਰੋ। ਉਹ ਚੱਲ ਗਾ। ਪਹਿਲਾਂ ਫੋਨ ਲਾ ਕੇ ਗੱਲਾਂ ਬਾਤਾਂ ਕਰ ਲੈਂਦੇ ਮੁੜ ਕੇ ਅਗਲਾ ਉਹਦੇ ਵਾਲੀ ਗੱਲ ਕਰਦਾ ਵਾ। ਮੇਰੇ ਕੋਲ ਨਾ ਸੰਦੀਪ ਆਹ ਕੰਮ ਨਹੀਂ ਹੁੰਦੇ। ਵੀ ਆਪਣੇ ਘਰ ਦੀਆਂ ਪਰੇਸ਼ਾਨੀਆਂ ਦੂਜਿਆਂ ਦੇ ਘਰਾਂ ਦੇ ਉੱਤੇ ਥੋਪੀ ਜਾਇਆ ਕਰੀਏ। ਅਗਲੇ ਵੀ ਸਾਡੇ ਨਾਲ ਤੰਗ ਹੋਈ ਜਾਣ ਤੇ ਨਾਲੇ ਫੋਨ ਦੇ ਉੱਤੇ ਅੱਧੀ ਅਧੂਰੀ ਗੱਲ ਹੁੰਦੀ ਆ ਪੂਰੀ ਗੱਲ ਨਹੀਂ। ਜੇ ਮੈਂ ਗੱਲ ਕਰ ਦਿੱਤੀ ਤੇ ਮੇਰੇ ਵਾਲੀ ਗੱਲ ਹੋ ਜਣੀ ਜੇ ਤੂੰ ਕਰ ਦਿੱਤੀ ਤੇ ਤੇਰੇ ਵਾਲੇ ਪਾਸੇ ਦੀ ਗੱਲ ਹੋ ਜਾਣੀ। ਅਗਲੇ ਚੜ ਕੇ ਚਲ ਗਏ ਆ। ਉਹ ਕੋਈ ਨਹੀਂ ਚੱਲ ਗਏ ਤਾਂ ਚੱਲ ਗਏ ਸਹੀ। ਤੁਸੀਂ ਹਿੱਦਾਂ ਕ ਵੇਖਿਆ ਅਗਲੇ ਨੇ ਉਹਦਾ ਪਰਚੀਆਂ ਦਾ ਕਿੰਨਾ ਰੋਲਾ ਪਾਇਆ ਸੀ ਝੂਠੇ ਵੀ ਸੀ ਤੇ ਫੋਨ ਲਾ ਕੇ ਤਾਂ ਵੀ ਸੱਚੇ ਹੋ ਗਏ ਹੋ ਹੀ ਜਾਂਦੇ ਯਾਰ ਮੇਰ ਕੋ ਨਹੀਂ ਆ ਟੈਨਸ਼ਨ ਆ ਚੁੱਕੀਆਂ ਜਾਂਦੇ ਆਉਂਦੇ ਹੀ ਉਹਨਾਂ ਨੇ ਮੰਮੀ ਨੂੰ ਬੋਚ ਲਿਆ ਤੇ ਮੰਮੀ ਵੀ ਇੱਥੇ ਆ ਕੇ ਰੋਲਾ ਪਾਉਣ ਡਿਆ ਪਏ ਉਹਨਾਂ ਦੇ ਪੈਸੇ ਦੋ ਉਹਨਾਂ ਦੇ ਪੈਸੇ ਦੋ ਕੱਟੇ ਵੀ ਅਹੀਂ ਆਪਣੇ ਪੈਸੇ ਤੇ ਗੱਲਾਂ ਵੀ ਇਹੀ ਕਰਾ ਲਈਆਂ ਨਾਲੇ ਕੋਲੋਂ ਪੈਸੇ ਦਿੱਤੇ ਉਧਰ ਜੀ ਤਾਂ ਵੀ ਫੋਨ ਲਾ ਕੇ ਕਹੀ ਜਾਂਦੀ ਸੀ ਤੂੰ ਇਹਨਾਂ ਦੇ ਪੈਸੇ ਦੇ ਦੋ ਨਾ ਐਵੇਂ ਖੱਪ ਪਾਓ ਨਾ ਰੋਲਾ ਪਾਓ ਉਹ ਆਇਆ ਕਹਿੰਦੀ ਹੋ ਜੇ ਕਹਿੰਦੀ ਕਿੰਨਾ ਰੋਲਾ ਪਾਉਂਦੀ ਕਿ ਤੁਹਾਡੇ ਬਾਰੇ ਕੀ ਕੀ ਕਹਿੰਦੀ ਹੋਊਗੀ ਉਹਨਾਂ ਨੂੰ ਕੋਈ ਗੱਲ ਨਹੀਂ ਕਿੰਨਾ ਕਿਚਰੇ ਗੱਲਾਂ ਉਹਲੇ ਰਹਿਣੀਆਂ ਨੇ ਹੋਣਗੀਆਂ ਨੇ ਆਖਰ ਕਿਸੇ ਦਿਨ ਗੱਲਾਂ ਇਹ ਵੀ ਆਪਣੇ ਕੋਲੋਂ ਮਾਰਦੀ ਰਹਿੰਦੀ ਆ ਲੈ ਅੱਜ ਕਿੱਥੋਂ ਛਾਪਾ ਪੈ ਗਿਆ ਬਿਨਾਂ ਦੱਸਿਆ ਹੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾ ਕੋ ਫੋਨ ਕੀਤਾ ਨਾ ਤੁਹਾਨੂੰ ਦੱਸਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪ ਕਿਰਸਰ ਹਾਂ। ਸੱਸੀ ਮਮੀ ਜੀ ਸਤਿ ਸ਼੍ਰੀ ਅਕਾਲ। ਠੀਕ ਠਾਕ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਲਿਆਓ ਕਿਰਸਰ। ਬੜਾ ਮਮੀ ਜੀ ਤੁਹਾਨੂੰ ਕੀ ਹੋ ਗਿਆ ਵਾ? ਐਨੇ ਲਿਸੇ ਹੋ ਗਏ ਹੋ ਤੇ ਸੂਟ ਵੀ ਕਿੰਨਾ ਉਤੋਂ ਖੁੱਲਾ ਪਾਇਆ ਤੁਸੀਂ? ਲਿਸੀ ਹੋਣਾ ਵਾ। ਦੋਵੇਂ ਭਰਾ ਰੋਜ਼ ਤਾਂ ਕਲੇਸ਼ ਪਾ ਛੱਡਦੇ ਆ। ਇਨੂੰ ਕੀ ਪਤਾ ਵਾ ਕਿੰਨਾ ਸਤਾਵਾ ਮੈਨੂੰ ਇਹਨਾਂ ਦਾ ਮੈਂ ਤਾਂ ਉਦਾਂ ਹੀ ਮਰ ਜੈਣਾ ਕਿ ਇਹਦੇ ਨੇ ਲਿੱਸੀ ਤੋਂ ਨਹੀਂ ਆ ਕਹਿਣ ਮੈਨੂੰ ਸਤਾ ਕੇ ਮਾਰਤਾ ਇਹਨਾਂ ਮੈਨੂੰ ਆਹ ਕੀ ਬੋਲੀ ਜਾਂਦੇ ਹੋ ਮੰਮੀ ਜੀ ਤੁਸੀਂ ਇਦਾਂ ਦੀਆਂ ਕਿਉਂ ਗੱਲਾਂ ਕਰਦੇ ਹੋ ਗੱਲਾਂ ਮੈਂ ਕਾਦੀਆਂ ਕਰਦੀਆਂ ਪੁੱਛ ਲੈ ਇਹਨਾਂ ਨੂੰ ਆਹੋ ਕੰਮ ਰਹਿੰਦਾ ਰੋਜ਼ ਦਿਹਾੜੀ ਕਲਾ ਕਲੇਸ਼ ਮੁੱਕਦੀ ਨਹੀਂ ਘਰ ਚੋ ਕੇ ਹੇ ਵੇਲੇ ਮੰਮੀ ਐਵੇਂ ਕਮਾਗਮਾ ਕੇ ਉਹਦੇ ਇਹ ਗੱਲਾਂ ਕਰਨ ਜਿਹੜੀ ਗੱਲ ਹੋਈ ਆ ਸਿੱਧੀ ਸਿੱਧੀ ਦੱਸੋ ਅਗਲੇ ਨੂੰ ਵੀ ਸਮਝ ਲੱਗੇ ਵੇ ਜੇ ਮੈਂ ਕਮਾਗਮਾ ਕੇ ਗੱਲਾਂ ਦੱਸਣ ਡਈ ਆ ਨਾ ਤੇ ਤੂੰ ਫੇਰ ਦੱਸ ਲੈ ਉਹਨੂੰ ਮੈਂ ਹੀ ਦੱਸ ਦਿੰਦਾ ਆ ਪਾਜੀ ਇਧਰ ਮੇਰੀ ਗੱਲ ਸੁਣੋ ਸਾਰੀ ਗੱਲ ਪਹਿਲਾਂ ਧਿਆਨ ਨਾਲ ਸੁਣਿਓ ਫਿਰ ਆਪੇ ਹੀ ਫੈਸਲਾ ਲੈ ਲਿਓ ਕਿਹੜਾ ਗਲਤ ਆ ਤੇ ਕਿਹੜਾ ਸਹੀ ਆ ਪਾਜੀ ਤੁਹਾਨੂੰ ਤਾਂ ਪਤਾ ਹੀ ਆ ਵੱਡੇ ਵੀਰ ਵਾਲੀ ਪਹਿਲੀ ਸ਼ੁਰੂ ਤੋਂ ਮੈਂ ਠੇਕੇ ਤੇ ਵੋਣ ਡਿਆ ਪਰ ਉਹਨੇ ਵੇਖ ਲਓ ਯਾਰ ਕਾ ਕਿਹੜਾ ਕੰਮ ਕੀਤਾ ਆ ਪਹਿਲੀ ਚੁੱਕ ਕੇ ਉਹਨੂੰ ਅਜਮੇਰ ਨੂੰ ਦੇ ਦਿੱਤੀ ਆ ਜਿਹੜਾ ਹੱਡਾ ਸ਼ਰੀਕ ਆ ਸ਼ਰੀਕ ਉਹ ਮੈਂ ਤਾਂ ਭੈਣ ਘਰ ਖਾਦਾ ਬੀ ਦਵਾਈ ਸਾਰਾ ਕੁਝ ਲਿਆ ਕੇ ਰੱਖਿਆ ਸੀਗਾ ਵੀ ਮੈਂ ਉਹ ਵੀ ਪਹਿਲੀ ਬੀਜਣੀ ਆ ਪਰ ਵੇਖ ਲਓ ਮੇਰੀ ਜੀ ਨੇ 베ਜਤੀ ਕਰਾਤੀ ਆ ਜਿਹੜੇ ਬੰਦੇ ਕੋ ਮੈਂ ਵਾਈ ਕਰਾਈ ਆ ਅਗਲਾ ਮੇਰੇ ਘਰ ਆਇਆ ਕਿ ਉਹ ਪਹਿਲੀ ਨਹੀਂ ਬੀਜਣੀ ਉਹਨੂੰ ਜਿਹੜੇ ਬੰਦੇ ਨਾਲ ਸਾਡਾ ਇੱਟ ਕੁੱਤੇ ਦਾ ਵੈਰ ਰਿਆ ਵਾ ਕਿੰਨੀਆਂ ਮੈਂ ਲੜਾਈਆਂ ਕੀਤੀਆਂ ਇਹਦੇ ਬਦਲੇ ਹੈ ਅਗਲਾ ਬੰਨੇ ਵੱਢਣੋਂ ਨਹੀਂ ਹਟਦਾ 20 ਵਾਰ ਉਹਦੇ ਨਾਲ ਮੈਂ ਲੜਾਈ ਕੀਤੀ ਆ ਹੁਣ ਉਹਦੇ ਹੱਥ ਪੈਲੀ ਫੜਾਤੀ ਆ ਦੱਸ ਹੁਣ ਉਹ ਬਖਸ਼ੂਗਾ ਉਹਨੇ ਤਾਂ ਆਪਣੀਆਂ ਪੈਲੀਆਂ ਚਰ ਲਈ ਲੈ ਬਾਅਦ ਚ ਫਿਰ ਭੈਣ ਤੂੰ ਮੇਰਾ ਕਸੂਰ ਕੱਢ ਦਿੰਨੀ ਆ ਹੁਣ ਆਪ ਹੀ ਸੋਚ ਵੀ ਕਿਹਦਾ ਕਸੂਰ ਆ ਜੇ ਇਹਨੇ ਇਹੋ ਹੀ ਕੰਮ ਕਰਨਾ ਸੀ ਮੇਰੇ ਨਾਲ ਮੈਨੂੰ ਮਹੀਨਾ ਪਹਿਲਾਂ ਦੱਸਦਾ ਮੈਂ ਆ ਜਿਹੜੇ ਖਰਚੇ ਕੀਤੇ ਆ ਕਰਜ਼ੇ ਚੁੱਕ ਚੁੱਕ ਕੇ ਮੈਂ ਉਹ ਹੀ ਨਾ ਕਰਦਾ ਜੀਤਾ ਤਾਂ ਤੇ ਬੜੀ ਗਲਤ ਗੱਲ ਕਵਲ ਵਾਸਤੇ ਮੈਂ ਤੈਨੂੰ ਬੜਾ ਸਿਆਣਾ ਸਮਝਦਾ ਸੀ ਪਰ ਆ ਤਾਂ ਦਸ ਘਰ ਦੀ ਚੀਜ਼ ਹੀ ਘਰ ਚ ਰਹਿਣੀ ਚਾਹੀਦੀ ਐ ਇਹ ਵੀ ਉਹਨੂੰ ਪੈਸੇ ਦਿੰਦਾ ਸੀ ਉਹ ਜ਼ਮੀਨ ਦੇ ਤੇ ਦੂਜੇ ਬੰਦੇ ਨੇ ਪੈਸੇ ਦਿੱਤੇ ਆ ਤਾਂ ਕਿਹੜੇ ਘਰ 'ਚ ਇੱਥੇ ਗੱਲਾਂ ਨਹੀਂ ਹੁੰਦੀਆਂ ਨਿੱਕੀਆਂ ਮੋਟੀਆਂ ਆਹ ਤੇਨੇ ਬਹੁਤੀ ਗਲਤ ਗੱਲ ਕੀਤੀ ਮੇਰੇ ਬਾਤ 'ਚ ਆਹੋ ਆ ਗਲਤੋ ਤੇ ਮੈਂ ਵੀ ਹੈਰਾਨ ਆ ਉਦਾਂ ਚਲੋ ਵਿੱਕੀ ਦੀ ਮੈਂ ਗਲਤੀ ਮੰਨਣੀ ਆ ਤੇ ਇੱਥੇ ਤੇ ਵੀਰ ਨੇ ਫੇਰ ਗਲਤੀ ਕੀਤੀ ਹੋਈ ਨਾ ਇਦਾਂ ਚਾਹੀਦਾ ਤਾਂ ਨਹੀਂ ਵੀਰ ਨੂੰ ਤੇ ਹੋਰ ਕੀ ਐ ਦੱਸ ਇੰਨਾ ਚਿਰ ਦੀ ਉਹ ਪਿਆਲੀ ਵੋਂਦਾ ਵਾ ਨਾਲ ਇਹਨਾਂ ਦੇ ਘਰ 'ਚ ਪਿਆਲੀ ਵਸਦੀ ਤੇ ਬਗਾਨੇ ਬੰਦੇ ਨੂੰ ਦੇਣ ਦੀ ਕੀ ਲੋੜ ਵਾ ਨਾਲ ਦੱਸਣ ਤਾਂ ਡਿਆ ਵਾ ਕਿ ਕਿੰਨੀ ਵਾਰ ਮੈਂ ਉਸੇ ਗੱਲ ਤੋਂ ਲੜਿਆ ਉਹਦੇ ਨਾਲ ਉਹਨ ਇਸੇ ਕਰਕੇ ਤੇ ਮੈਂ ਇੱਥੇ ਆਇਆ ਵਾਂ ਭੈਣ ਕਿ ਤੂੰ ਹੁਣ ਉਹਨੂੰ ਪੁੱਛੀ ਕਿ ਉਹਨੇ ਆ ਕੰਮ ਕਿਉਂ ਕੀਤਾ ਵਾ ਵੇਖ ਉਦੋਂ ਗੱਲਾਂ ਬਾਤਾਂ ਹੋਈਆਂ ਸੀ ਤੂੰ ਮੈਨੂੰ ਬਥੇਰੀਆਂ ਗੱਲਾਂ ਕੀਤੀਆਂ ਮੈਂ ਚੱਲ ਕੋਈ ਗੁੱਸਾ ਗੱਲਾਂ ਨਹੀਂ ਕੀਤਾ ਉਹਨਾਂ ਗੱਲਾਂ ਦਾ ਕਿਉਂਕਿ ਤੂੰ ਮੇਰੀ ਭੈਣ ਆ ਹੋ ਗਈ ਗੱਲ ਜਿਹੜੀ ਹੋ ਗਈ ਹੈ ਕਿ ਨਹੀਂ ਪਰ ਹੁਣ ਤੇਰਾ ਫਰਜ਼ ਬਣਦਾ ਵਾ ਉਹਨੂੰ ਪੁੱਛਣ ਦਾ ਜਿੱਦਾਂ ਮੈਨੂੰ ਗੱਲਾਂ ਕੀਤੀਆਂ ਸੀ ਨਾ ਹੁਣ ਉਹਨੂੰ ਵੀ ਪੁੱਛ ਕਿ ਆ ਕੰਮ ਕਿਉਂ ਕੀਤਾ ਈਓ ਵੇ ਭੈਣ ਸਾਂਝੇ ਬੰਦੇ ਦਾ ਤੇ ਇਹੋ ਕੰਮ ਹੁੰਦਾ ਕਿ ਦੋਵੇਂ ਪਾਸੇ ਬਰਾਬਰ ਰੱਖੇ ਜੇ ਹੁਣ ਤੂੰ ਉਹਨੂੰ ਪੁੱਛਦੀ ਆ ਫੇਰ ਮੈਂ ਮੰਨੂ ਕਿ ਵਾਕਿਆ ਤੂੰ ਦੋਵ ਲੈ ਵਿੱਕੀ ਇਹ ਕਿੱਦਾਂ ਦੀ ਗੱਲ ਕੀਤੀ ਮੈਂ ਹੁਣੇ ਫੋਨ ਲਾ ਕੇ ਪੁੱਛਣੀ ਹੈ ਨਾ ਤੇਰੇ ਸਾਹਮਣੇ ਫੋਨ ਵੀ ਸਪੀਕਰ ਤੇ ਰੱਖੂੰ ਤੇ ਤੈਨੂੰ ਪਤਾ ਲੱਗ ਜਾਊਗਾ ਕਿ ਮੈਂ ਕਿਸੇ ਦੇ ਵਿੱਚ ਕਾਣੀ ਵੰਡ ਨਹੀਂ ਕਰਦੀ ਜਿਹੜੀ ਗੱਲ ਹੋਏ ਮੈਂ ਸੱਚੀ ਕਹਿੰਨੀ ਆ ਆਹੋ ਪੁੱਛ ਕੇ ਸਾਰਿਆਂ ਦੇ ਵਿੱਚ ਪੁੱਛ ਲੈ ਆਹ ਕੱਢੋ ਫੋਨ ਤੇ ਵੀਰ ਨੂੰ ਦਾ ਨੰਬਰ ਲਾਕ ਦੋ ਹੈਲੋ ਹੈਲੋ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਤੇਰੀ ਇੱਕ ਸ਼ਿਕਾਇਤ ਆਈ ਆ ਹਾਂ ਵਿੱਕੀ ਬਰੀਤ ਤੇ ਮੰਮੀ ਇੱਥੇ ਆਏ ਨੇ ਸਾਡੇ ਕੋਲ ਕੀ ਕਰਨਾ ਵੀਰ ਕਰਨ ਕੀ ਆਉਣਾ ਵਾ ਜਿਹੜਾ ਤੂੰ ਕੰਮ ਕੀਤਾ ਨਾ ਇਹਨਾਂ ਨੇ ਇਹ ਚੰਗਾ ਨਹੀਂ ਕੀਤਾ ਤੇ ਤੈਨੂੰ ਪਤਾ ਤਾਂ ਹੈ ਹੀ ਸਾਰੀ ਗੱਲ ਦਾ ਨਹੀਂ ਨਹੀਂ ਕੀ ਕੀ ਕਹਿੰਦਾ ਕੀ ਆ ਵੀਰ ਕਹਿੰਦਾ ਇਹ ਯੋ ਵੀ ਇਹਨੇ ਨਾ ਪੈਲੀ ਲੈ ਕੇ ਮੇਰੇ ਕੋ ਤੇ ਅਜਮੇਰ ਨੂੰ ਦੇਤੀ ਆ ਤੇ ਤੂੰ ਦੱਸ ਹੁਣ ਤੇਰੇ ਵਾਸਤੇ ਇਹ ਗੱਲ ਚੰਗੀ ਆ ਭਲਾ ਜੀ ਤਾਂ ਪਤਾ ਹੀ ਆ ਤੈਨੂੰ ਇਹਦਾ ਪਰ ਤੋ ਕਿਹੜਾ ਉੱਲਾ ਕੁਛ ਜੀਤਾ ਨੇ ਕਹਿਣਾ ਕੋ ਹੁੰਦਾ ਤੇ ਕਰਨਾ ਇਹਨੇ ਕੋ ਹੁੰਦਾ ਹੁਣ ਤੇਰੀਆਂ ਵੀ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋਇਆ ਜੋ ਕੁਝ ਵੀ ਹੋਇਆ ਮੈਂ ਕਿਹੇ ਕੰਮ ਦਾ ਉੱਲਾ ਇਤੋਂ ਰੱਖਦਾ ਰਿਆ ਹਾਂ ਹੂੰ ਨਹੀਂ ਨਹੀਂ ਇਹਨੂੰ ਵੀ ਪਛਣਾ ਬੈਨੇ ਕੀਤਾ ਕੀ ਹੈ ਜਿਹੜਾ ਮੈਂ ਇਹ ਕੰਮ ਕੀਤਾ ਮੇਰੀ ਇਹਨੇ ਆਣ ਕੇ ਦੱਸ ਦਿੱਤੀ ਆ ਵੀ ਮੈਂ ਪਹਿਲੀ ਉਹਨੂੰ ਠੇਕੇ ਦੇ ਉੱਤੇ ਫੜਾਤੀ ਆਪ ਇਹਨੇ ਜਿਹੜੀਆਂ ਕਰਤੂਤਾ ਕੀਤੀਆਂ ਉਹ ਦੱਸੀਆਂ ਤੈਨੂੰ ਇਹਨੇ ਵੇਖ ਵੀਰ ਮੈਂ ਤੁਹਾਡੀ ਨਾ ਦੋਹਾਂ ਦੀ ਭੈਣ ਵਾਂ ਤੇ ਮੇਰਾ ਫਰਜ਼ ਬੰਦਾ ਹੈ ਵੀ ਤੁਹਾਨੂੰ ਮੈਂ ਦੋਹਾਂ ਨੂੰ ਸਮਝਾਵਾਂ ਵੇ ਕਿਹੇ ਬੰਦੇ ਨੂੰ ਤਾਂ ਸਮਝਾਈਦਾ ਹੁੰਦਾ ਵਾ ਜੇ ਉਹਨੂੰ ਪਤਾ ਨਾ ਹੋਵੇ ਤੈਨੂੰ ਤਾਂ ਸਾਰਾ ਕੁਝ ਪਤਾ ਵਾ ਮੈਂ ਤੇਰੇ ਨਾਲ ਇੱਕੋ ਗੱਲ ਕਰੀ ਜਾਵਾਂ ਮੈਂ ਉਦਾਂ ਚੰਗੀ ਗੱਲ ਨਹੀਂ ਹੈਗੀ ਉਹ ਇਹਨਾਂ ਦੋਆਂ ਜਾਣਿਆਂ ਨੇ ਝੂਠ ਸੱਚੀ ਵੱਢਣਾ ਵਾ ਜਿੰਨਾ ਇਹਨਾਂ ਕੋਲ ਵੱਢਿਆ ਗਿਆ ਅੱਛਾ ਮੰਮੀ ਦੇ ਤਾਂ ਪਤਾ ਨਹੀਂ ਵੀ ਜੀਤਾ ਕੀ ਦਿਮਾਗ ਦੇ ਵਿੱਚ ਵੜਿਆ ਵਾ ਮੈਨੂੰ ਤੇ ਆਪਨੇ ਸਮਝ ਲੱਗਦੀ ਏ ਦੀ ਆਹੋ ਫੇ ਕੰਮ ਕੰਮ ਵੇਲਾ ਇਹਨਾਂ ਦੇ ਫਿਰ ਤੇਰੇ ਘਰ ਜਾ ਕੇ ਲੜਾਈ ਪਾਉਣ ਚੱਲ ਗਏ ਆ ਚਲ ਐਵੇਂ ਤੂੰ ਖਬੀ ਨਾ ਜਾ ਚਲ ਆ ਜਾ ਨਾ ਫਿਰ ਪਰ ਇੱਕ ਗੱਲ ਹੀ ਹੋ ਫਿਰ ਗੱਲ ਮੈਂ ਫਿਰ ਇਥੇ ਇਹਨਾਂ ਦੇ ਸਾਹਮਣੇ ਬੈਠ ਕੇ ਕਰਨੀ ਹੋ ਇਹ ਨਹੀਂ ਆ ਵੀ ਮੁੜ ਕੇ ਆਖਣ ਕੀ ਹਾਂ ਵੀ ਤੂੰ ਇਹਨਾਂ ਨੂੰ ਪੁੱਛ ਲੈ ਤਾਂ ਮੈਨੂੰ ਦੱਸ ਦੀ ਇਦਾਂ ਨਹੀਂ ਹੋ ਮੈਂ ਗੱਲ ਕਰਨੀ ਕੋਈ ਵੀ ਕਿਉਂਕਿ ਮੈਂ ਇਦਾਂ ਬੜਾ ਕੰਮ ਕਰ ਕਰਕੇ ਵੇਖ ਲਿਆ ਅੱਗੇ ਹਾਂ 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 ਨਹੀਂ ਨਹੀਂ ਸਾਹਮਣੇ ਮੰਮੀ ਵੀ ਵਿੱਚ ਹੋ ਹਾਂ ਹਾਂ ਬਿਲਕੁਲ ਸਾਰਾ ਸਾਹਮਣੇ ਗੱਲ ਹੋਊਗੀ ਤੇ ਹੁਣੀ ਵੀ ਚਾਹੀਦੀ ਆ ਉਹਲਾ ਕਿਹੜੀ ਗੱਲ ਰੱਖਣਾ ਕਿ ਗੱਲ ਦਾ ਤੂੰ ਸੱਚ ਨਹੀਂ ਮੰਨਣਾ ਜਦੋਂ ਇਹ ਘਰੋਂ ਇੱਥੋਂ ਨਿਕਲੇ ਆ ਨਾ ਮੈਨੂੰ ਉਦੋਂ ਸੰਦੀਪ ਨੇ ਦੱਸ ਦਿੱਤਾ ਸੀ ਕਿ ਇਹ ਕੇ ਪਾਸੇ ਨੂੰ ਗਿਆ ਹੀ ਉਹ ਤਾਂ ਕੋਈ ਪੰਗਾ ਪੈਣਾ ਤੇ ਮੈਂ ਸਗੋਂ ਨੂੰ ਗੁੰਡਿਆ ਸੀ ਮਜ਼ਾਕ ਕਰਨ ਫੇ ਤੂੰ ਇਹ ਫਿਊਚਰ ਵੇਖ ਲੈਨੀ ਆ ਉਹ ਖਾ ਪੀਣਾ ਜਾ ਕੋਈ ਗੱਲ ਨਹੀਂ ਮੈਂ ਕਰਦਾ ਹਾਂ ਹਾਂ ਕਰਦਾ ਹਾਂ ਗੱਲ ਸੰਦੀਪ ਦੇ ਨਾਲ ਚੱਲ ਠੀਕ ਆ ਵੀਰ ਐਦਾਂ ਕਰੋ ਪੀ ਅੱਧੇ ਪੌਣੇ ਘੰਟੇ ਤੱਕ ਨਾ ਤੁਸੀਂ ਇੱਥੇ ਆ ਜਾਓ ਚੱਲ ਠੀਕ ਹੈ ਠੀਕ ਆ ਆਉਣਾ ਮੈਂ ਫਿਰ ਇਹ ਗੱਲਾਂ ਤੇ ਹੁਣ ਮੈਨੂੰ ਇਹ ਨਹੀਂ ਸਮਝ ਲੱਗਦੀ ਤਾਂ ਮੈਂ ਤੈਨੂੰ ਨਹਿਸ਼ ਆਖਾਂ ਕਿ ਜਾਂ ਵਾਕਿਆ ਹੀ ਇਹ ਗੱਲ ਆਖਾਂ ਕਿ ਤੈਨੂੰ ਫਿਊਚਰ ਵੇਖਣਾ ਹੁੰਦਾ ਹਾਏ ਹਾਏ ਆ ਢਾਣੇ ਖਾਓ ਕੀ ਹੋ ਗਿਆ ਸਾਨੂੰ ਢਾਣੇ ਮੈਂ ਕੀ ਖਾਣੇ ਆ ਫੋਨ ਆਇਆ ਹੀ ਜੀਤਾਂ ਦਾ ਹੂੰ ਉਹ ਵਾਕਿਆ ਹੀ ਉੱਥੇ ਗਏਗੀ ਉਹ ਤੇ ਪੰਗਾ ਪਾ ਕੇ ਬੈਠਾ ਹੀ ਉੱਥੇ ਤੇ ਇਹਦੇ ਵਿੱਚ ਮੈਨੂੰ ਨਹਿਸ਼ ਆਖਣ ਵਾਲੀ ਕਿਹੜੀ ਗੱਲ ਆ ਇਹੋ ਹੀ ਵੀ ਤੂੰ ਆਖਣੀ ਵੀ ਇਹਨਾਂ ਨੇ ਅੱਜ ਆ ਕੇ ਕੋਈ ਨਾ ਕੋਈ ਪੰਗਾ ਪਾ ਦੇਣਾ ਹੀ ਉਹੋ ਹੀ ਗੱਲ ਹੋਈ ਆ ਸਭੇ ਕੰਮ ਲਈ ਤੁਰੇ ਆ ਉਹ ਮੇਰੇ ਕਹਿਣ ਤੇ ਜੇ ਨਹੀਂ ਉਹ ਤਿਆਰ ਹੋਏ ਬਾਅਦ ਚੋਂ ਮੈਂ ਤੇ ਵੇਖ ਕੇ ਪੁੱਛਿਆ ਵਾ ਹਾ ਦੋਗੀ ਤੁਹਾਡੇ ਵਾਲੀ ਓ ਯਾਰ ਮੈਂ ਤੈਨੂੰ ਮਜ਼ਾਕ ਕਰਨ ਡਿਆ ਵਾਂ ਕਿ ਤੈਨੂੰ ਫਿਊਚਰ ਵੇਖ ਲੈਣੀ ਆ ਹੋਰ ਮੈਂ ਤੈਨੂੰ ਕੀ ਆਖਣਾ ਵਾ ਹਾਂਗਾ ਚੰਗਾ ਮਜ਼ਾਕ ਜੇ ਉਹਨਾਂ ਦਾ ਗੁੱਸਾ ਮੇਰੇ ਤੇ ਕੱਢੀ ਜਾਂਦੇ ਕਿੱਥੇ ਲੰਦੇ ਗੁੱਸਾ ਕੱਢਿਆ ਵਾ ਤੂੰ ਵਖੀਓ ਲੰਦਾ ਵਾ ਮੇਰੇ ਨਾਲ ਕੀ ਗੱਲ ਕੀ ਹੋਈ ਏ ਤੇ ਦੱਸੋ ਜੀ ਤਾਂ ਦਾ ਫੋਨ ਆਇਆ ਖਪਣ ਡਈ ਇੱਥੇ ਆਣ ਕੇ ਇੱਥੇ ਰੋਈ ਜਾਂਦੇ ਵਾ ਪੈਰੀਓ ਨੂੰ ਠੇਕੇ ਦੇਤੀ ਮੈਂ ਉਹਨੂੰ ਮਾਰ ਦੇਣਾ ਵਾਂ ਮੈਂ ਲੜ ਪੈਣਾ ਵਾਂ ਉਹ ਕਰ ਦੇਣਾ ਜੇ ਕਰ ਦੇਣਾ ਵਾਂ ਤੇਨੂੰ ਗੱਲਾਂ ਕਰੀ ਜਾਂਦੇ ਆ ਮिन्नੂ ਕਰੀ ਜਾਂਦੇ ਆ ਵਿੱਚੇ ਮੰਮੀ ਵੀ ਉਹੀ ਗੱਲ ਸਾਰਾ ਕੁਝ ਹੁਣ ਫੇਰ ਕੀ ਕਰਨਾ ਮੈਨੂੰ ਤੇ ਆਪਣੀ ਸਮਝ ਲੱਗਣ ਦੀ ਆਖੀ ਜਾਂਦੀ ਇੱਥੇ ਆਓ ਤੇ ਮੈਂ ਤੁਹਾਨੂੰ ਇਨੀ ਗੱਲ ਕਹਿਤੀ ਵੀ ਜੇ ਅਸੀਂ ਇੱਥੇ ਹੀ ਆਉਣਾ ਵਾ ਤੇ ਫਿਰ ਮੈਂ ਗੱਲ ਇਹਨਾਂ ਦੇ ਸਾਹਮਣੇ ਕਰਨੀ ਉਹ ਮੈਂ ਪਿੱਠੇ ਪਿੱਛੇ ਗੱਲ ਨਹੀਂ ਉਹ ਫਿਰ ਕਰਨੀ ਗੱਲ ਫਿਰ ਉਹੀ ਹੋਈ ਨਹੀਂ ਆ ਤਮਾਸ਼ਾ ਲਾਉਣਾ ਹੀ ਇਹਨਾਂ ਨੇ ਸਿਰਫ ਕੁੜੀ ਦੇ ਘਰ ਦੇ ਵਿੱਚ ਇਸੇ ਤਮਾਸ਼ਿਆਂ ਤੋਂ ਮੈਂ ਡਰਦਾ ਵਾਂ ਪਰ ਇਹ ਨਹੀਂ ਉਹ ਡਰਦੇ ਇਹਨਾਂ ਨੂੰ ਮਾਸਾ ਲੱਥੀ ਚੜੀ ਨਹੀਂ ਹੈਗੀ ਵੀ ਕੁੜੀ ਦਾ ਘਰ ਬਰਬਾਦ ਹੋ ਜਾਊਗਾ ਹਾਂ ਅਜੇ ਸਾਡਾ ਭਾਈਆ ਚੰਗਾ ਵਾ ਵੀ ਕੋਈ ਵੱਧ ਘਟ ਗੱਲ ਨਹੀਂ ਕਰਦਾ ਇਹਨਾਂ ਨੂੰ ਮਾਸਾ ਨਹੀਂ ਚ ਜਕਾਉਂਦੀ ਤਮਾਸ਼ਾ ਲਾਉਣ ਵਾਲੀ ਆਪਣੀ ਆਦਤ ਇਹਨਾਂ ਨੇ ਕਦੋਂ ਛੱਡਣੀ ਉੱਥੇ ਜਾ ਕੇ ਉਹਨਾਂ ਨੂੰ ਕੋਈ ਲੱਥੀ ਚੜੀ ਨਹੀਂ ਹੈਗੀ ਉਹਨਾਂ ਨੂੰ ਸਿਰਫ ਇਹ ਹੈ ਕਿ ਸਾਡਾ ਉੱਲੂ ਸਿੱਧਾ ਹੋਣਾ ਚਾਹੀਦਾ ਵਾ ਕੁੜੀ ਦਾ ਘਰ ਖਰਾਬ ਹੁੰਦਾ ਹੋਈ ਜਾਵੇ ਹਾਂ ਉਹ ਮਾਈ ਭਾਵੇਂ ਉਦਾਂ ਮਰ ਜੇ ਇਹਨਾਂ ਦੇ ਨਾਲ ਤੁਸੀਂ ਉਹਨਾਂ ਨੂੰ ਕਹੋ ਪੌਂਦੇ ਰੋਲਾ ਤੇ ਪਾ ਲੈੰਦੋ ਅਹੀਂ ਨਹੀਂ ਆਉਣਾ ਆਪੇ ਰੋਲਾ ਪਾ ਕੇ ਤੇ ਆ ਜਾਣਗੇ ਇੱਕ ਤਾਂ ਉਹਨਾਂ ਨੂੰ ਮੈਂ ਕਹਿ ਦਿੱਤਾ ਵਾ ਵੀ ਅਹੀਂ ਆਉਣ ਲੱਗੇ ਆ ਤੇ ਦੂਜੀ ਗੱਲ ਇਹ ਹੈ ਵੀ ਜੇ ਅਹੀਂ ਨਾ ਨਗੇ ਤਾਂ ਫਿਰ ਉਹਨਾਂ ਨੇ ਆਖਣਾ ਵਾ ਵੀ ਵੇਖ ਲਾ ਫੋਨ ਵੀ ਕੀਤਾ ਸੀ ਪਹਿਲਾਂ ਕਹਿ ਵੀ ਦਿੱਤਾ ਵੀਰ ਨੇ ਆਉਣ ਵਾਲੋਂ ਤੇ ਹੁਣ ਆਇਆ ਨਹੀਂ ਉਹ ਇਹ ਝੂਠੇ ਹੋਣੈ ਨੂੰ ਤਾਂ ਨਹੀਂ ਇਹ ਜਾਣਾ ਪੈਣਾ ਮਹਾਨੀ ਮੈਨੂੰ ਸਮਝ ਲੱਗਦੀ ਉਹ ਉੱਥੇ ਜਾ ਕੇ ਕਰਾਂਗੇ ਕੀ ਇਹ ਤੇ ਬੋਲਣ ਲੱਗੇ ਵੇਂਦੇ ਵੀ ਨਹੀਂ ਹੁੰਦੇ ਫਿਰ ਮੈਨੂੰ ਵੀ ਗੁੱਸਾ ਚੜ ਜਾਂਦਾ ਫਿਰ ਮੈਂ ਕੋਈ ਬੋਲਿਆ ਜਾਂਦਾ ਵਾ ਫਿਰ ਹੁਣ ਜਾਣਾ ਤੇ ਪੈਣਾ ਨਾ ਮੈਨਾਂ ਟਾਈਮ ਨਾਲ ਚੱਲੀਏ ਮੁਰਗਾ ਨਿਆਣਿਆਂ ਨੇ ਸਕੂਲੋਂ ਆਉਣਾ ਵਾ ਟਿਊਸ਼ਨ ਨੂੰ ਲੈ ਕੇ ਆਉਣਾ ਉਹਨਾਂ ਨੂੰ ਚੱਲ ਗਾਂ ਉੱਠ ਫਿਰ ਉੱਥੇ ਜਾਣਾ ਪੈਣਾ ਵਾ ਦਾਣੇ ਲੱਗੇ ਸੀ ਘੜੀ ਚੱਪਣ ਤੇ ਖਾਣ ਪੀਣ ਦਾ ਵੀ ਨਹੀਂ ਸਵਾਦ ਰਹਿਣ ਦਿੰਦੇ ਪਤਾ ਨਹੀਂ ਕਿੱਦਾਂ ਦੇ ਆਏ ਇਹ ਮਰਿਆ ਸੱਪ ਵਾ ਇਹ ਗੱਲ ਪੈਣਾ ਹੀ ਪੈਣਾ ਸਾਡੇ ਸਾਡਾ ਤੇ ਖਾਣਾ ਪੀਣਾ ਵੀ ਹਰਾਮ ਕੀਤਾ ਇਹਨਾਂ ਨੇ ਪਿਆਲੀ ਹਾਡੀ ਆ ਦਿੱਤੀ ਅਹੀਂ ਕਿਸ ਨੂੰ ਇਹਨਾਂ ਦਾ ਕੀ ਮਤਲਬ ਬਣਦਾ ਇੰਨਾ ਰੋਲਾ ਪਾਉਣ ਦਾ ਆ ਬੇ ਸਾਨੂੰ ਪੁੱਛ ਪੁੱਛ ਕੇ ਕੰਮ ਕਰਦੇ ਆ ਇਹੋ ਹੀ ਤੇ ਗੱਲ ਆ ਇਹਨੂੰ ਕਹਿੰਦੇ ਹੁੰਦੇ ਨਾ ਤਗੜੇ ਦਾ ਸੱਤੀ 200 ਉਹ ਕੰਮ ਏ ਕਰਦਾ ਯੋ ਸਿਰਫ ਆਹੀ ਰੋਲਾ ਨਹੀਂ ਪਾਉਂਦੇ ਇਹ ਰੋਲਾ ਰਾਲਾ ਪਾ ਕੇ ਸੱਚਾ ਹੋ ਜਾਂਦਾ ਚਲ ਕੱਢ ਕੱਪੜੇ ਮੈਂ ਪੈਰ ਧੋਵਾ